ਕਹਿੰਦੇ ਨੇ ਰੱਬ ਜਿਸ ਨੂੰ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਇਹ ਕਹਾਵਤ ਦੀ ਇੱਕ ਮਿਸਾਲ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਮਜ਼ਦੂਰ ਦੀ 1.5 ਕਰੋੜ ਦੀ ਲੋਟਰੀ ਨਿਕਲੀ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀ ਮਜ਼ਦੂਰ ਵੱਲੋਂ ਦੀਵਾਲੀ ਬੰਪਰ ਦੇ ਤਹਿਤ ਲਾਟਰੀ ਪਾਈ ਗਈ ਸੀ, ਜਿਸ ਵਿੱਚ ਉਸਨੂੰ 1.5 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਮੌਕੇ ਇਨਾਮ ਜੇਤੂ ਮੋਹਨ ਲਾਲ ਦਾ ਕਹਿਣਾ ਹੈ ਕਿ ਅਲਮਾਰੀਆਂ ਠੀਕ ਕਰਨ ਦਾ ਉਹ ਕੰਮ ਕਰਦਾ ਹੈ ਅਤੇ ਪਿਛਲੇ 5 ਸਾਲਾਂ ਤੋਂ ਲੋਟਰੀ ਪਾ ਰਿਹਾ ਸੀ ਅਤੇ ਉਹ ਹੁਣ ਬਹੁਤ ਖੁਸ਼ ਹੈ ਕਿ ਉਸਨੂੰ ਇੰਨੀ ਵੱਡੀ ਰਕਮ ਦਾ ਇਨਾਮ ਨਿਕਲਿਆ ਹੈ। ਦੇਖੋ 200 ਰੁਪਏ ਦੀ ਭਾਜੀ ਇੱਕ ਆ, ਦੋ ਅੱਟਾਂ ਪਾਈਆਂ, ਪਹਿਲਾਂ ਨਾਮ ਦੋਨਾਂ ਨਾਲ 1.5 ਕਰੋੜ ਆ, ਇੱਕ ਏਚ ਨਿਕਲਦਾ ਇੱਕ ਬੀਜ ਨਿਕਲਦਾ, ਇਹਨਾਂ ਦੇ ਏਚ ਨਾਮ ਨਿਕਲਿਆ ਜੀ 0 34 493। ਇਹਨਾਂ ਜੀ ਆਪ ਹੀ ਅਖਬਾਰ ਘਰ ਵੇਖੀ ਹੈ, ਮੈਂ ਫੋਨ ਨੰਬਰ ਨੋਟ ਕੀਤਾ ਆਪਣਾ, ਪਰ ਉਹ ਥੋੜ੍ਹਾ ਅੱਗਾ ਪਿਛਾ ਹੋ ਗਿਆ, ਇਹਨਾਂ ਘਰ ਅਖਬਾਰ ਵੇਖੀ ਆ, ਅਖਬਾਰ ਵੇਖ ਕੇ ਘਰ ਆਪਣੇ ਆਪ ਆਏ, ਅਸੀਂ ਲੱਭਣ ਡੇ ਕੱਲ੍ਹ ਤਾਂ ਮਿਲਿਆ ਨਹੀਂ ਬੰਦਾ, ਦੱਜ ਪੁੱਤ ਦੀ ਚਲੋ ਪੁਰਾਣੇ ਜਿਹੜੇ ਗਾਹਕ ਆ ਨੇ, ਕਾਫੀ ਪੱਕੇ ਗਾਹਕ ਨੇ, ਪੁਰਾਣੇ ਗਾਹਕ ਨੇ, ਕਾਫੀ ਪੁਰਾਣੇ ਗਾਹਕ ਨੇ, ਕਾਫੀ ਦਿਨ ਹੋ ਗਿਆ, 15-20 ਦਿਨ ਹੋ ਗਿਆ ਮੇਰੇ ਗੱਲ ਨੂੰ। ਹਾਂਜੀ ਦੀਵਾਲੀ ਬੰਪਰ ਦੀ ਕਿੱਦਾਂ ਪਤਾ ਲੱਗਿਆ ਤੁਹਾਨੂੰ? ਹਾਂਜੀ ਸਵੇਰੇ ਜੀ ਦੇਖਿਆ ਜੀ, ਇਹ ਤੇ ਸਵੇਰੇ ਦੇਖ ਖਾਰ ਦੇਖੀ ਤੇ ਫਿਰ ਚੈੱਕ ਕੀਤਾ ਤੇ ਫਿਰ ਆ ਗਿਆ ਜੀ। ਦੂਸਰੇ ਕਹਿਣਾ ਜੀ ਮੇਰਾ ਨਾਮ ਨਿਕਲਿਆ। ਹਾਂਜੀ ਨਾਮ ਦੱਸਿਆ ਜੀ ਆਪਣਾ ਵੀ ਨਿਕਲਿਆ ਜੀ। ਤੁਹਾਨੂੰ ਖੁਸ਼ੀ ਹੈ ਵੀ ਪਹਿਲਾਂ ਕਿਹੜਾ ਰਾਸ਼ੀ ਤੁਹਾਨੂੰ ਮਿਲੀ? ਹਾਂਜੀ ਖੁਸ਼ੀ ਤਾਂ ਹੁੰਦੀ ਹੈ ਜੀ।